आप सरकार दे विधायक कुंवर विजय प्रताप वालों अमृतसर विखे एक प्रेस कॉन्फ्रेंस कर गलत दस्तावेजों के आधार से लोगों की प्रॉपर्टी हड़प्पण वाले गैंग का पर्दाफाश किया गया। इस संबंधी जानकारी दिंदे विधायक कुंवर विजय प्रताप ने दसिया कि पहलिया सरकारों के नुमाइंदे वालों अमृतसर विखे एक गैंग बना गलत दस्तावेजों के आधार से मकान ते प्रॉपर्टी हड़प्पण का काम किया जा रहा है, जिसकी बरीकी नाल इनक्वायरी की गई तो इसके नतीजे हैरानीजनक निकले। कुछ लोग होंगे ने तुहानू पता है कि मतलब कुछ लोग होंगे ने जिन्हों की शमूलीयत होंगी है जी, ये राजी खुशी सारा चलता है, ये रैकेट है। ऑर्गेनाइज्ड क्राइम कदे भी प्रशासन पुलिस की मदद या इनवॉल्वमेंट तो बगैर हो ही नहीं सकता है। तो कुछ होंगे ने कुछ लोग जिन्हों की ये शमूलीयत है, लेकिन असं ये चाहते हाँ ये सारा चीज़ हूँ डीसी साहब अपने पद्धत। देखो पोलीटिकल तो है ही, लेकिन वो पोलीटिशियन हूँ सारे हार के बह गए ने जी, हार के बह गए ने, लेकिन अंदर खाते शुरू हो रहा है। देखना एक दो दिन दे विच उन्हां दा बयान आऊगा, जिन्हों जिन्हों का नुकसान होगा वो जरूर बयान बयान देने किसी तरीके दे नाल। लेकिन हूँ तो यह है कि असं भी खड़ चुके हाँ जी, जदों लोगों ने मैनू भी MLA बना दिता, इन्ना पावर दे दिता, तो असी लोगों वास्ते खड़ जाना है जी। और एक भी प्रॉपर्टी इस तरीके की जो है, कोई भी जो है जिथे गलत काम हो रहा है जी, उत्थे असी खड़ांगे जी और सारियां दी मदद करांगे जी। सरदार दिल्ली आ जाओ जी, असी जो लोकल कोटक महिंद्रा दे विच गल करते हैं, वो कहंदे ने कि हाँ जी साडे कोल इस तरह का कोई इंपलाई नहीं है जी। तो तुहाडा दफ्तर कित्थे है जी? वो दफ्तर का एड्रैस नहीं दिंदा। ਤੁਸੀਂ ਆਪਣਾ ਕੋਈ ਵਿਜ਼ਿਟਿੰਗ ਕਾਰਡ ਹੋਵੇ ਦਿਖਾ ਦਿਓ, ਵਿਜ਼ਿਟਿੰਗ ਕਾਰਡ ਨਹੀਂ ਦਿੰਦਾ ਹੈ। ਕੁਛ ਨਹੀਂ ਕਿ ਤੁਸੀਂ ਇੱਧਰ ਆ ਜਾਓ, ਹੈ ਦਬਕੇ ਮਾਰ ਦਬਕਾ ਦਬਕਾ ਸੀ ਰਿਕਾਰਡਡ ਹੈ ਸਭ ਸਾਰਾ। ਨਹੀਂ ਦੇਖੀਏ, ਇਹ ਤਾਂ ਡੀਸੀ ਸਾਹਿਬ ਨੇ ਜੋ ਕਰਨਾ ਹੈ, ਚੇਅਰਮੈਨ ਇੰਪਰੂਵਮੈਂਟ ਟਰੱਸਟ ਨੇ ਕੀ ਕਰਨਾ ਹੈ, ਉਹ ਤਾਂ ਉਹਨਾਂ ਨੇ ਵੇਖਣਾ ਹੈ ਇਹ ਹੋ ਕੀ ਰਿਹਾ ਹੈ। ਔਰ ਜੇਕਰ ਅੰਮ੍ਰਿਤਸਰ ਦੇ ਵਿੱਚ ਹੋਵੇ ਇਸ ਤਰੀਕੇ ਦਾ ਕੰਮ, ਤਾਂ ਦੇਖੋ ਲੋਕ ਉਹਦਾ ਨਕਲ ਦੇ ਦਿਓ ਫਾਈਲ ਦਾ। ਉੱਥੇ 50,000 ਦੀ ਡਿਮਾਂਡ ਕੀਤੀ ਗਈ ਸੀ, 50,000 ਦੀ ਡਿਮਾਂਡ ਲੈਣ ਵਾਸਤੇ ਇਹਨਾਂ ਦੇ ਘਰੇ ਵੀ ਆ ਗਏ ਸੀਗੇ, ਇਹ ਪੈਸਾ ਦੇ ਵੀ ਸਕਦੇ ਸੀ, ਲੇਕਿਨ ਇਹਨਾਂ ਨੇ ਕੀ ਕੀਤਾ, ਵਿਜੀਲੈਂਸ ਬਿਊਰੋ ਨੂੰ ਅਪਰੋਚ ਕੀਤਾ। ਐਤਵਾਰ ਵਾਲਾ ਦਿਨ ਸੀ, ਜਦਕਿ ਐਤਵਾਰ ਵਾਲੇ ਛੁੱਟੀ ਦੇ ਦਿਨ ਫਾਈਲ ਮੁਲਾਜ਼ਮਾਂ ਦੇ ਘਰੇ ਪਈ ਹੋਈ ਸੀ, ਅਤੇ ਇਹਨਾਂ ਨੇ ਵਿਜੀਲੈਂਸ ਬਿਊਰੋ ਨੂੰ ਅਪਰੋਚ ਕੀਤਾ। ਜਦੋਂ ਉਹ ਪੈਸੇ ਲੈਣ ਵਾਸਤੇ ਆਏ ਤਾਂ ਉਹ ਰੰਗੇ ਹੱਥੀਂ ਫੜੇ ਗਏ ਜੀ, ਇੰਪਰੂਵਮੈਂਟ ਟਰੱਸਟ ਦੇ। ਇਹਦਾ ਨਾਂ ਵੀ ਮੈਂ ਤੁਹਾਨੂੰ ਦੱਸ ਦੇਣਾ ਹਾਂ, ਦਿਨੇਸ਼ ਖੰਨਾ ਕਲਰਕ ਹੈ, ਜਿਸ ਦੀ ਗ੍ਰਿਫਤਾਰੀ ਹੋਈ ਹੈ। ਉਸ ਤੋਂ ਬਾਅਦ ਹੋਰ ਕਈ ਵਿਅਕਤੀਆਂ ਦੀ ਗ੍ਰਿਫਤਾਰੀ ਹੋਈ। ਮੇਰਾ ਇਹ ਕਹਿਣਾ ਹੈ ਇੰਪਰੂਵਮੈਂਟ ਟਰੱਸਟ ਓਰਿਜਿਨਲ ਫਾਈਲ ਉਹਦੇ ਘਰੋਂ ਮਿਲੀ। ਹੁਣ ਦੇਖੋ ਇੰਪਰੂਵਮੈਂਟ ਟਰੱਸਟ, ਮਾਫੀਆ, ਬੈਂਕ, ਗੈਂਗਸਟਰਸ, ਇਹ ਸਾਰੇ ਰਲ ਕੇ ਇਹ ਸਭ ਕੁਛ ਕਰਦੇ ਨੇ ਜੀ। ਲੇਕਿਨ ਹੁਣ ਦੇਖੋ, ਹੁਣ ਅਸੀਂ ਸਾਹਮਣੇ ਆ ਗਏ ਜੀ, ਕਿਸੇ ਵੀ ਵਿਅਕਤੀ ਨੂੰ ਇਸ ਤਰੀਕੇ ਦਾ ਪ੍ਰੋਬਲਮ ਹੋਊਗਾ, ਅਸੀਂ ਫਰੀ ਆਫ ਕੋਸਟ ਲੀਗਲ ਅਸਿਸਟੈਂਸ ਦੇਵਾਂਗੇ, ਅਤੇ ਹਰ ਤਰੀਕੇ ਦੇ ਨਾਲ ਸਰਕਾਰੀ ਤੌਰ 'ਤੇ ਉਸ ਵਿਅਕਤੀ ਨੂੰ ਸੁਵਿਧਾ ਦਿੱਤੀ ਜਾਊਗੀ, ਔਰ ਜੋ ਪ੍ਰੋਪਰਟੀ ਹੈ ਪ੍ਰੋਪਰਟੀ ਦਾ ਬਚਾਓ ਕੀਤਾ ਜਾਊਗਾ ਜੀ। ਹੁਣ ਤੱਕ ਸਰ ਕਿੰਨੇ ਨਾਮ ਸਾਹਮਣੇ ਆ ਗਏ? ਇਸ ਰੈਕਟ ਦੇ ਵਿੱਚ ਬਹੁਤ ਸਾਰੇ ਵਿਅਕਤੀਆਂ ਨੇ ਸੁਸਾਈਡ ਵੀ ਕਰ ਲਿਆ ਹੈ। ਉਹਨਾਂ ਦੇ ਪਰਿਵਾਰ ਦਾ ਜੇਕਰ ਹਾਲ ਦੇਖੋਗੇ ਨਾ, ਠੀਕ ਕੋਈ ਗੱਲ ਨਹੀਂ, ਜਾਨ ਰਹਿਣੀ ਚਾਹੀਦੀ ਆ। ਮੈਨੂੰ ਇੱਥੋਂ ਤੱਕ ਧਮਕੀਆਂ ਦਿੰਦੇ, ਅੱਜ ਆ ਕੋਠੀ 4.5-5 ਕਰੋੜ ਦੀ, ਤੂੰ 2 ਕਰੋੜ ਲੈ ਲਾ, 2.5 ਕਰੋੜ, ਪਹਿਲੇ ਤਾਂ 1.5 ਕਰੋੜ ਸੀ, ਇਹ ਥੋੜੇ ਦਿਨਾਂ 'ਚ 2.5 ਕਰੋੜ 'ਤੇ ਆ ਗਏ ਆ। ਇਹ ਜਿਹੜਾ ਅਟੈਕ ਕੀਤਾ ਮੇਰੇ ਤੋਂ ਬਰਦਾਸ਼ਤੋਂ ਬਾਹਰ ਹੋ ਗਿਆ। ਮੈਂ ਕਿਹਾ ਹੁਣ ਭਾਵੇਂ ਜਾਨ ਜਾਂਦੀ ਜਾਵੇ, ਮੈਂ ਸਭ ਨੂੰ ਓਪਨ ਕਰਨਾ, ਕੋਈ ਮੈਨੂੰ ਲੋੜ ਨਹੀਂ। ਬਾਬਾ ਸ਼ਹੀਦਾਂ ਵਾਲਾ ਮੇਰੇ ਨਾਲ ਹੈ, ਜੋ ਵੀ ਕਰਨ ਵਾਲਾ, ਬਾਬਾ ਦੀਪ ਸਿੰਘ ਅੰਮ੍ਰਿਤਸਰ ਦੇ ਵਿੱਚ 2 ਜੋਤਾਂ ਜਗਦੀਆਂ, ਇੱਕ ਬਾਬਾ ਸ਼ਹੀਦਾਂ 'ਤੇ ਜਗਦੀ, ਇੱਕ ਸ਼ੀਤਲਾ ਮੰਦਰ ਜਲਦੀ ਕਾਲੀ ਮਾਤਾ ਜੀ ਦੀ ਜੋਤ। ਮੈਂ ਉੱਥੇ ਜਾ ਕੇ ਕਈ ਵਾਰੀ ਰਿਕੁਐਸਟ ਹੋਇਆ ਕਿ ਇਹ ਦੁਸ਼ਟ ਫੜੇ ਜਾਣ, ਉਹ ਮੈਨੂੰ ਮਾਤਾ ਰਾਣੀ ਨੇ ਪੂਰਾ ਰਾਤ ਨੂੰ ਸੁਪਨੇ ਕਿਹਾ ਕਿ ਕੋਈ ਫਿਕਰ ਨਾ ਕਰ, ਸਾਰੇ ਦੁਸ਼ਟ ਫੜੇ ਜਾਣ। 2 ਜੋਤਾਂ ਗਈਆਂ, ਮੈਂ ਤੁਹਾਡੇ ਕੈਮਰਾ ਸਾਹਮਣੇ ਕਹਿੰਦਾ ਕਿਸੇ ਨੂੰ ਦੁਸ਼ਟ ਝੰਬੜੇ ਹੋਣ, ਉੱਥੇ ਜਾ ਕੇ ਉੱਥੇ ਅਰਦਾਸ ਕਰੋ, ਤੁਹਾਨੂੰ ਕੋਈ ਨਾ ਕੋਈ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਵਰਗੇ ਬੰਦੇ ਜ਼ਰੂਰ ਮਿਲਣਗੇ। ਮੈਨੂੰ ਪੂਰਾ ਯਕੀਨ ਆ ਜੀ, ਮੇਰੇ ਕੋਲ ਇਹੋ ਜਿਹੇ ਸਬੂਤ ਹੈਗੇ ਆ ਕਿ ਪ੍ਰਸ਼ਾਸਨ ਜੇ ਤੁਸੀਂ ਨਾਲ ਹੋ ਜਾਓਗੇ ਮੈਂ ਤੁਹਾਨੂੰ ਸਬੂਤ ਆਵਾਂਗਾ। ਪ੍ਰਸ਼ਾਸਨ ਦੀ ਕੀ ਮਜਾਲ ਹੈ ਕਿ ਉਹ ਇਹ ਮੇਰੇ ਨਾਲ ਗਲਤ ਕਰ ਜਾਵੇ, ਜੇ ਤੁਸੀਂ ਇਹਨੂੰ ਪੂਰਾ
ਜਿਹੜੀ ਨਿਸ਼ਚੈ ਨਾ ਮੇਰੇ ਵਾਸਤੇ ਵੀ ਲੜੋ, ਆਮ ਪਬਲਿਕ ਵਾਸਤੇ, ਸਾਰੀ ਦੁਨੀਆ ਦੁਖੀ ਹੈ, ਮੈਂ ਇਕੱਲਾ ਨਹੀਂ, ਸਾਰਾ ਹਿੰਦੁਸਤਾਨ ਇਸ ਚੀਜ਼ ਤੋਂ ਤੰਗ ਹੈ। ਅੱਜ ਤੁਸੀਂ ਜਾ ਕੇ ਵੇਖੋ ਬੈਂਕਾਂ ਦੇ ਜਿਹੜੇ ਮੁਲਾਜ਼ਮ ਕਿੱਡੇ ਕਿੱਡੇ ਦੌਲਤਾਂ, ਕਿੰਨਾ ਕੁਛ ਕੋਈ ਕੁਛ ਉਹਨਾਂ ਕੋਲ ਐਸੇ ਚੀਜ਼ਾਂ ਤੋਂ ਬਣ ਗਏ। ਅਸੀਂ ਦੇਖੋ ਜਿੰਨੇ ਵੀ ਮਾਫੀਆ ਨੇ, ਖਾਸ ਕਰ ਬੈਂਕਾਂ ਨੇ ਜਿਹੜੇ ਕਰਿੰਦੇ ਰੱਖੇ ਹੋਏ ਨੇ, ਬਦਮਾਸ਼ ਰੱਖੇ ਹੋਏ ਨੇ, ਉਹ ਸਾਰਾ ਅਸੀਂ ਉਜਾਗਰ ਕਰਨਾ ਹੈ। ਬੈਂਕਾਂ ਦਾ ਤੁਸੀਂ ਦੋ ਚਿਹਰਾ ਵੇਖਦੇ ਹੋ, ਜਦੋਂ ਲੋਨ ਦੇਣਾ ਹੁੰਦਾ ਹੈ ਨਾ ਤਾਂ ਤੁਹਾਡੇ ਕੋਲ ਜਾ ਕੇ ਉਹਨਾਂ ਦਾ ਐਡਵਰਟਾਈਜ਼ਮੈਂਟ ਦੇਖੋ ਜੀ, ਉਹਨਾਂ ਨੇ ਦੇਖੋ ਯੰਗ ਮਤਲਬ ਐਗਜੀਕਿਊਟਿਵਸ ਰੱਖੇ ਹੋਏ ਨੇ ਕਿ ਲੋਨ ਲੈ ਲਓ ਜੀ, ਇਹ ਬਹੁਤ ਸੌਖਾ ਲੋਨ ਹੈ, ਇਹ ਹੈ ਉਹ ਹੈ, ਇੱਕ ਕਾਗਜ਼ ਦੇ ਦਿਓ ਲੋਨ ਲੈ ਲਓ। ਲੇਕਿਨ ਉਸ ਤੋਂ ਬਾਅਦ ਮਾਫੀਆ ਦੇ ਹਵਾਲੇ ਕਰ ਦਿੰਦੇ ਨੇ। ਜਿਨ੍ਹਾਂ ਨੇ ਇੱਕ ਵਾਰੀ ਲੋਨ ਲੈ ਲਿਆ ਨਾ ਜੀ, ਉਹ ਮਾਫੀਆ ਦੇ ਹਵਾਲੇ ਚਲਾ ਜਾਂਦਾ, ਉਹਦੀ ਸਾਰੀ ਪ੍ਰੋਪਰਟੀ ਚਲੀ ਜਾਂਦੀ ਹੈ। ਅਤੇ ਹੌਲੀ ਹੌਲੀ ਦੇਖੋ ਸਾਰਾ ਕੁਛ ਸਾਹਮਣੇ ਆ ਜਾਣਾ ਹੈ, ਔਰ ਪੂਰੇ ਅੰਮ੍ਰਿਤਸਰ ਦੇ ਵਿੱਚ ਇਸ ਮਾਫੀਆ ਦਾ ਸਫਾਇਆ ਹੋਣਾ। ਸਰ ਮੇਰੀ ਡਿਮਾਂਡ ਇਹੋ ਹੀ ਹੈ ਕਿ ਜਿਹੜਾ ਮੈਂ ਇਹ ਤਾਂ ਮੇਰੇ 'ਤੇ ਲੋਨ ਨਹੀਂ ਸੀ ਹੈਗਾ, ਜਿਨ੍ਹਾਂ ਲੋਕਾਂ 'ਤੇ ਲੋਨ ਹੈਗਾ ਉਹਨਾਂ ਨਾਲ ਕੀ ਬੀਤਦੀ ਪਈ ਹੈ, ਇਹ ਤਾਂ ਮੈਂ ਬੜੀ ਨਜ਼ਦੀਕੋਂ ਉਹਨਾਂ ਬੰਦਿਆਂ ਨੂੰ ਵੀ ਮਿਲ ਚੁੱਕਾ ਜਿਨ੍ਹਾਂ 'ਤੇ ਲੋਨ ਉਹਨਾਂ ਨੇ। ਜੇ ਕੋਈ ਗਰੀਬ ਆਦਮੀ ਲੋਨ ਲੈ ਵੀ ਲੈਂਦਾ ਇਸ ਕਰਕੇ ਨਹੀਂ ਲੈਂਦਾ, ਜੇ ਮੈਂ 1,00,000 ਰੁਪਈਆ ਲਿਆ ਤਾਂ ਮੇਰੀ 10,00,000 ਕਰੋੜ ਦੀ ਕੋਠੀ ਹੋ ਗਈ ਆ, ਅਤੇ ਬੈਂਕ ਵਾਲੇ ਉਹ ਕੋਠੀ ਉਹ ਖਾ ਜਾਣ, ਅਤੇ 1,50,000,000 ਰੁਪਈਆ 'ਚ ਹੀ ਕੋਠੀ ਖਾ ਜਾਣ, ਉਹ ਕੰਮ ਨਹੀਂ ਹੋਣਾ ਚਾਹੀਦਾ। ਔਰ ਇਹ ਜਿਹੜਾ ਮੈਨੂੰ ਮੇਰਾ ਮੱਥਾ ਉੱਤੋਂ ਥੰਕਿਆ, ਜਿਹੜਾ ਇੱਕ ਹਾਇਰ ਆਫਿਸਰ ਵੀ ਆ ਕਿਹੜੇ ਹੈਗੇ ਆ, ਉਹ ਇਹ ਵੇਖਦੇ ਹੀ ਨਹੀਂ ਕਿ ਜਿਹੜਾ ਅਸੀਂ ਸਾਈਨ ਕਰਦੇ ਪਏ ਹਾਂ ਉਹਦੇ ਉੱਤੇ ਕੋਈ ਜ਼ਿੰਮੇਵਾਰੀ ਵੀ ਬਣਦੀ ਆ ਉਹਨਾਂ ਦੀ, ਅੰਮ੍ਰਿਤਸਰ ਦੇ ਬੰਦੇ ਰਹਿਣ ਵਾਲੇ ਜਿਨ੍ਹਾਂ ਨੇ ਮੈਨੂੰ ਕੋਠੀ ਵੇਚੀ। ਔਰ ਜਿਹੜੇ ਬੰਦੇ ਨੂੰ ਇਹ ਸਾਰੀ ਗੇਮ ਦਾ ਪਤਾ, ਉਹਨੂੰ 6 ਮਹੀਨੇ ਪਹਿਲੇ ਦਾ ਪਤਾ, ਉਹ ਮੇਰੇ ਨਾਲ 20 ਵਾਰੀ ਇਸ ਗੱਲ 'ਤੇ ਪੈਸੇ ਬਾਰੇ ਕਹਿ ਚੁੱਕਾ, ਪਰ ਮੈਂ ਕਿਹਾ ਮੈਂ ਨਹੀਂ ਦੇਣਾ। ਇਹ ਮੈਂ ਚਿੱਟੀ ਪੱਗ ਜਿਹੜੀ ਪਾਈ ਦੀ ਆ ਨਾ ਜੀ, ਇਹ ਮੈਨੂੰ 5 ਮਹੀਨੇ ਹੋ ਗਏ, ਮੈਂ ਕਦੀ ਅੱਜ ਦਿਨ ਦਾ ਚਿੱਟੀ ਪੱਗ ਨਹੀਂ ਸੀ ਪਾਈ। ਮੈਂ ਘਰਦਿਆਂ ਨੂੰ ਕਿਹਾ ਇਹਨਾਂ ਨੇ ਮੈਨੂੰ ਇੰਨੀਆਂ ਧਮਕੀਆਂ ਦਿੱਤੀਆਂ ਮਾਰਨ ਦੀਆਂ, ਉਹ ਜਦੋਂ ਸਾਹਮਣੇ ਆਉਣਗੇ ਨਾ ਤੁਸੀਂ ਸਾਰੇ ਉਹਨਾਂ ਕੋਲ ਪੁੱਛ ਲੈਣਾ। ਇੱਥੋਂ ਤੱਕ ਉਹਨੇ ਮੈਨੂੰ ਧਮਕੀਆਂ ਦਿੱਤੀਆਂ, ਇੱਕ ਜਾਤੀ ਸੂਚਕ ਸ਼ਬਦ ਕਹਿ ਕੇ ਕਿ ਮੈਂ ਪ੍ਰਧਾਨ ਹਾਂ ਅਤੇ ਤੇਰਾ ਉਹ ਹਾਲ ਕਰਾਂਗਾ, ਜਾਂ ਪੱਗ ਤੂੰ ਕੱਛੇ ਪਾ ਕੇ ਤੁਰੇਗਾ, ਤੇਰੇ 'ਤੇ ਜਨਾਨੀਆਂ ਭੇਜ ਦਾਂਗਾ, ਉਹ ਤੈਨੂੰ ਫੜਾ ਦੇਣਗੀਆਂ। ਇੰਨੀਆਂ ਕੁ ਧਮਕੀਆਂ, ਅਤੇ ਮੈਂ ਘਰਦਿਆਂ ਨੂੰ ਇਹੋ ਹੀ ਕਿਹਾ ਸੀ ਕਿ ਜੇ ਮੈਨੂੰ ਕੁਛ ਹੋ ਜਾਏ ਤਾਂ ਇਹੋ ਹੀ ਪੱਗ ਉੱਤੇ ਪਾ ਦੇ। ਮੈਨੂੰ ਨਾਮ ਜਿਹੜਾ ਹੈਗਾ ਇਹ ਕੱਲ੍ਹ DC ਸਾਹਿਬ ਦੱਸ ਦੇਣਗੇ, ਕਿਉਂਕਿ DC ਸਾਹਿਬ ਨੂੰ ਇਹ ਚੀਜ਼ਾਂ ਦਾ ਪੂਰਾ ਅਸੀਂ ਜਾਣਕਾਰੀ ਦੇ ਦਿੱਤੀ ਹੈ। ਔਰ ਮੈਂ ਤੁਹਾਡੇ ਅੱਗੇ ਰਿਕੁਐਸਟ ਕਰਾਂਗਾ, ਇਹ ਜਿਹੜਾ ਨਾ ਮੈਨੂੰ ਕੋਈ ਥਰੈਟ ਨਹੀਂ ਹੈ, ਕੋਈ ਥਰੈਟ ਇਹ ਜਿਸਲੇ ਤੁਹਾਨੂੰ ਸਾਫ ਹੀ ਦੱਸਣਗੇ ਜੀ, ਇਹ ਪ੍ਰਸ਼ਾਸਨ ਦਾ ਕੰਮ ਹੈ ਜੀ, ਕਿਉਂਕਿ ਮਾਫੀਆ ਪਰਸਤੀ ਜੇਕਰ ਚੱਲ ਰਹੀ ਹੈ ਨਾ ਤਾਂ ਮਾਫੀਆ ਨੂੰ ਸਾਹਮਣੇ ਲਿਆਉਣ, ਅਸੀਂ ਤਾਂ ਡਿਸਕਲੋਜ਼ ਕਰ ਦਿੱਤਾ, ਹਰੇਕ ਵਿਅਕਤੀ ਦਾ ਨਾਮ ਪੁਲਿਸ ਤੇ ਪ੍ਰਸ਼ਾਸਨ ਦੱਸੂਗਾ ਤੇ ਕਾਰਵਾਈ ਕਰੂਗਾ, ਔਰ ਅਸੀਂ ਟਾਈਮ ਟੂ ਟਾਈਮ ਤੁਹਾਡੇ ਸਾਹਮਣੇ ਆਵਾਂਗੇ, ਤੁਸੀਂ ਚਿੰਤਾ ਨਾ ਕਰੋ। ਪਰ ਜੇ ਕੱਲ ਨੂੰ ਕੋਈ ਨੁਕਸਾਨ ਕਰਨ ਦੀ ਕੋਸ਼ਿਸ਼ ਕਰਦੇ ਨੇ ਇਹਨਾਂ ਦੇ, ਕੋਈ ਨੁਕਸਾਨ ਨਹੀਂ ਕਰ ਸਕਦਾ ਜੀ, ਮੈਂ ਖੜਾ ਹਾਂ ਇਹਨਾਂ ਦੇ ਨਾਲ ਜੀ, ਮੈਂ ਖੜਾ ਹਾਂ ਇਹਨਾਂ ਦੇ ਨਾਲ। ਪੁੱਛੋ ਕੀ ਡਿਮਾਂਡ, ਮੇਰੀ 3 ਮਹੀਨੇ ਫਾਈਲ ਜਿਹੜੀ ਹੈ ਉਹ ਮਿਲੀ ਨਹੀਂ, ਮੇਰੇ ਵਕੀਲ ਤੜਫਦੇ ਰਹੇ ਚੰਡੀਗੜ੍ਹ ਵੀ ਕੋਈ ਫਾਈਲ ਲੈ ਕੇ ਆਓ ਤਦ ਹੀ ਅਸੀਂ ਕੁਛ ਲੜਾਂਗੇ ਕੇਸ। ਤੇ ਫਾਈਲ ਨੂੰ 3 ਮਹੀਨੇ ਉਹ ਬੰਦੇ ਨੇ ਆਪਣੇ ਘਰ ਰੱਖਿਆ, ਤੇ ਸਰ ਨੂੰ ਮੈਂ ਕਿਹਾ ਮੇਰੀ ਪ੍ਰੋਬਲਮ ਹੈ ਇਹ ਸਰ ਦੇ ਕਰਕੇ, ਉਹਦੇ ਘਰੋਂ ਐਤਵਾਰ ਫਾਈਲ ਨਿਕਲੀ, ਮੇਰੀ ਇਕੱਲੇ ਦੀ ਫਾਈਲ ਨਹੀਂ, ਹੋਰ ਵੀ ਕਈ ਫਾਈਲਾਂ ਤੋਂ। ਵਿਜੀਲੈਂਸ ਬਿਊਰੋ ਨੇ ਕੱਢੀ, ਵਿਜੀਲੈਂਸ ਬਿਊਰੋ ਨੇ ਐਤਵਾਰ ਵਾਲੇ ਦਿਨ ਕੱਢੀ। ਅਸੀਂ ਸਿਸਟਮ ਦੇ ਹਿਸਾਬ ਦੇ ਨਾਲ ਚੱਲਦੇ ਹਾਂ ਜੀ, ਜਦੋਂ ਮੰਨ ਲਓ ਕੋਈ ਰਿਸ਼ਵਤ ਦੀ ਮੰਗ ਕਰ ਰਿਹਾ ਹੈ। ਔਰ ਮੈਂ ਤੁਹਾਨੂੰ ਹੋਰ ਗੱਲ ਦੱਸ ਲਾ, ਮੈਂ ਜਿੰਨੇ ਆਫਿਸਰ, ਕਈ ਇਹੋ ਜਿਹੇ ਵੱਡੇ ਆਫਿਸਰ ਨੂੰ ਵੀ ਮਿਲਿਆ, 100 ਦੇ ਵਿੱਚੋਂ 1 ਜਾਂ 2 ਇਹੋ ਜਿਹੇ ਮਿਲੇ ਆ ਜਿਹੜਾ ਮੇਰਾ ਦਰਦ ਨੂੰ ਸਮਝ ਗਏ, ਨਹੀਂ ਤਾਂ ਸਰ 98% ਉਹ ਪਰ ਨਹੀਂ ਦੇ ਸਮਝਦੇ ਕਿ ਵੀ ਕੀ ਬੰਦਾ ਦੇ ਮਜਬੂਰੀ ਆ ਤੇ ਕੀ ਉਹ ਬੰਦਾ ਕਰੇਗਾ। ਅੱਜ ਕੱਲ੍ਹ ਤੁਹਾਨੂੰ ਪਤਾ ਹੈ ਕਿ ਈ ਸਟੈਂਪ ਚੱਲ ਰਿਹਾ ਹੈ, ਸਾਨੂੰ ਇਹ ਪਤਾ ਲੱਗਿਆ ਕਿ ਜਿਸ ਦਿਨ ਈ ਸਟੈਂਪ ਸ਼ੁਰੂ ਹੋਇਆ ਅਤੇ ਇਸ ਤਰੀਕੇ ਦਾ ਸਟੈਂਪ ਬੰਦ ਹੋ ਰਿਹਾ ਸੀ, ਉਸ ਦਿਨ ਕਿਸੇ ਵਿਅਕਤੀ ਨੇ ਬਲਕ ਦੇ ਵਿੱਚ ਪੰਜਾਬ ਦੇ ਕਈ ਬੈਂਕਾਂ ਦੇ ਨਾਤੇ ਸਟੈਂਪ ਖਰੀਦ ਲਿਆ। ਉਹ ਇੱਕ ਵਿਅਕਤੀ ਹੈ, ਉਹ ਵੀ ਤੁਹਾਨੂੰ ਪਤਾ ਲੱਗ ਜਾਏਗਾ ਕਿ ਵਿਅਕਤੀ ਕੌਣ ਹੈ, ਅਸੀਂ ਨਾਂ ਨਹੀਂ ਲੈ ਰਹੇ। ਹੁਣ ਦੇਖੋ ਕੋਈ ਨਾ ਕੋਈ ਵਿਅਕਤੀ ਹੋਊਗਾ ਜੋ ਇਸ ਕੇਸ ਨੂੰ ਲੈ ਕੇ ਗਿਆ ਹੋਊਗਾ ADC ਦੀ ਅਦਾਲਤ ਦੇ ਵਿੱਚ। ਤੁਸੀਂ ਕੇਸ ਫਾਈਲ ਕਰਨ ਵਾਸਤੇ ਕੋਈ ਨਾ ਕੋਈ ਤਾਂ ਜਾਏਗਾ ਨਾ ਜੀ, ਕੋਈ ਵਕੀਲ ਵੀ ਜਾਂਦਾ ਹੈ, ਕਈ ਵਾਰੀ ਲੋਕ ਆਪ ਹੀ ਜਾਂਦੇ ਨੇ। ਇਹਦੇ ਵਿੱਚ ਇੱਕ ਵਕੀਲ ਵੀ ਹੈ, ਮੈਂ ਵੀ ਵਕੀਲ ਹਾਂ, ਲੇਕਿਨ ਆਪਣਾ ਇੱਕ ਵਕੀਲ ਹੈ ਜੋ ਕਿ ਲੈ ਕੇ ਗਿਆ ਹੈ। ਅੱਜ ਦੇਖੋ ਨਾ ਵਕੀਲ ਦਾ ਪਤਾ ਹੈ, ਨਾ ਇਸ ਆਥੋਰਾਈਜ਼ਡ ਆਫਿਸਰ ਦਾ ਪਤਾ ਲੱਗ ਰਿਹਾ ਹੈ ਜੀ। ਅਸੀਂ ਕਹਿ ਰਹੇ ਹਾਂ ਕਿ ਦੇਖੋ ਤੁਹਾਡੀ ਕੋਠੀ ਹੈ, ਤੁਸੀਂ ਅਦਾਲਤ ਦਾ ਆਰਡਰ ਲਿਆ ਹੈ, ਤਾਂ ਤੁਸੀਂ ਆਓ ਕਬਜ਼ਾ ਲੈ ਕੇ ਜਾਓ। ਲੇਕਿਨ ਉਹਨਾਂ ਨੂੰ ਪਤਾ ਲੱਗ ਗਿਆ ਕਿ
यह हुण काम सौखा नहीं है। जेकर बंदा कमजोर हुंदा है तो डरा के तुरंत कोठी ते कब्जा कर लेंदे ने जां रजिस्ट्री करवा लेंदे ने, गैंगस्टर भेजदे ने जी। इन्हां नूं भी कोशिश की गई गैंगस्टरां दे राहीं डराउण दी, लेकिन इन्होंने पहला ही मैनू अप्रोच कर लिया सी। मैं कहा कि लड़ना है जी, डरना नहीं है जी, लड़ना है डरना नहीं है। ये सवेर तो शाम तक मेरे वास्ते कैंपेनिंग करते सी, जदों ये कदे भी पॉलिटिक्स दे विच, मतलब सारे ही अमृतसर दे लोग जिन्होंने कदे भी पॉलिटिक्स नहीं की मेरे वास्ते देखो कैंपेनिंग की। तो मेरा की फर्ज बनता है, जदों मैं MLA बन गया तो इन्हों का प्रोटेक्शन करना मेरा फर्ज बनता है। तो तुसी देखो इंप्रूवमेंट ट्रस्ट तो असी रिकॉर्ड कढ़वाए जी, आ देखो इंप्रूवमेंट ट्रस्ट का रिकॉर्ड है A to Z रिकॉर्ड। अब आज मान लो जेकर असी चैलेंज भी कर रहे हैं ना कि देखो तुसी ऑर्डर लेके आए हो, आ जाओ कब्जा लेके जाओ, बंदा नहीं आ रहा है, क्योंकि टोटल एक करदे की ने कि डरा के गैंगस्टरां नू भेज के डरा के जां तां कोठी दा वो रजिस्ट्री करवा लेंदे ने जां बैंक नू कब्जा दिलवा देंदे ने। इस तरीके दा ये रैकेट है। सेकेंड देखोगे तुसी कि एक अकेला केस नहीं है, इत्थे होर भी बहुत सारे लोग आए ने जां कईयां दा रिकॉर्ड साढ़े कोल है। दो दिन पहला 164B नंबर कोठी आनंद अभिनव कब्जा हो गया जी, कब्जा करा दिता गया ऐसे तरीके दे नाल। वो बाद दे विच साडी नोटिस दे विच गल आई है, मतलब हफ्ते दे विच एवरेज 2-3 केस इस तरह दे हो रहे ने अमृतसर दे विच। फिर लोग कहते हैं कि क्यों लोग भज के जा रहे हैं जी पंजाब नूं छड्ड के, तो एक वजह यह भी है, बाकी कई कारण ने, लेकिन किसी की प्रॉपर्टी, किसी का प्लॉट, किसी का मकान सेफ नहीं है जी। आज असी खड़ गए हाँ जी, इतने आओ जी, आओ साडे सामने तो आओ, तुसी हो कौन। लेकिन देखो अदालत का ADC की अदालत का ऑर्डर, जो ये सारी चीज़ असी ADC की अदालत के सामने असी गल रखी तो ADC ने स्टे कर दिता जी, ADC ने स्टे कर दिता। इस वेले स्टे है, हालांकि स्टे 2 महीने का सीगा, लेकिन उन्होंने पता लग गया कि इतने तो दाल दे विच काला है। फिर तुसी देखो जो उन्होंने पुलिस नू ऑर्डर किया सी, सारा किया सी, वो सारा उन्होंने विथड्रॉ कर लिया, ठीक है। लेकिन सब तो बड़ी गल है कि कोई जाली कागज लगा के किसी भी रेवन्यू कोर्ट तो या मजिस्ट्रेट दी कोर्ट तो ऑर्डर किस तरह ले सकता है जी। उन्हां दा काम नहीं बनता सी कि जो बंदा आ रहा है उसकी आइडेंटिटी वेरीफाई कर दे कि यह बंदा वो है कि नहीं, नोटरी पब्लिक दा जो सिग्नेचर है, सर्टिफिकेशन है, वो सही है कि नहीं। इतने जो सिग्नेचर है, सिग्नेचर असी लभ लिया DC साहब की नोटिस के हर चीज़ असी लिया दी A to Z बतौर इंप्रूवमेंट ट्रस्ट के चेयरमैन ये गए सीगे। मैं उन्होंने फोन करके टाइम लिया सी, ये गए सी जाके सारा कुछ समझाया ने। हुण यह है कि देखो ये जिहड़ा लैंड माफिया है, बैंक माफिया है, जां उन्हां दे करिंदे ने, इन्हां नूं सबक सिखाउणा है जी, तां जो इस तरीके का जो रोज़ाना तौर पर हो रहा है ये सारा सिस्टम बंद करना है। ते विच असी बैठे हुए हाँ 2315 नंबर कोठी C ब्लॉक रंजीत एवन्यू, बहुत ही पॉश एरिया है, 500 गज की कोठी है। ये कोठी 2019 दे विच सरदार कमलजीत सिंह जी ने रजिस्ट्री कराई सी, और सारा कुछ नीट एंड क्लीन, कोई भी उहदे विच मतलब किंतु परंतु नहीं। एक दिन कुछ व्यक्ति इन्हां नूं अप्रोच किया कि इस कोठी ते लोन है ते तुसी 2-4 दिनां दे विच बैंक ने कब्जा ले लेना है, बैंक ने कब्जा ले लेना है। बेसिकली ये जो प्रेस ब्रीफिंग है, लैंड माफिया, बैंक माफिया, लूट माफिया, मनी माफिया ते गैंगस्टर्स दा इन्हां दे नाल जो लिंक है उस चीज़ नूं लेके है। तो एक घबरा गए कि देखो जी लोन तो कोई है नहीं, और मैं एक नंबर दे विच रजिस्ट्री कराई है 2019 दे विच। फिर देखो सारा ओरिजिनल कागज़ इन्हां दे कोल, तो बैंक दा लोन किस तरह हो सकदे आ। फिर एक दिन ये चिट्ठी आ गई जी 27/9/2022
ਬਾ ਅਦਾਲਤ ਸ੍ਰੀ ਸੁਰਿੰਦਰ ਸਿੰਘ PCS ADC ਕਮ ਜ਼ਿਲ੍ਹਾ ਮੈਜਿਸਟ੍ਰੇਟ ਅੰਮ੍ਰਿਤਸਰ ਇਹਦੇ ਵਿੱਚ ਉਹਨਾਂ ਨੇ ਆਰਡਰ ਕਰ ਦਿੱਤਾ ਕਿ ਇਸ ਕੋਠੀ ਦਾ ਇੱਕ ਸਰਫਾਸੀ ਐਕਟ ਹੁੰਦਾ ਹੈ ਜੀ ਸਰਫਾਸੀ ਕਿ ਲੋਨ ਕਿਸੇ ਨੇ ਮੰਨ ਲਓ ਨਹੀਂ ਚੁਕਾਇਆ ਡਿਫਾਲਟਰ ਹੋ ਗਏ ਤਾਂ ਉਸ ਕੋਠੀ ਦਾ ਕਬਜ਼ਾ ਜਾਂ ਪਲੋਟ ਦਾ ਕਬਜ਼ਾ ਪ੍ਰੋਪਰਟੀ ਦਾ ਕਬਜ਼ਾ ਬੈਂਕ ਨੂੰ ਚਲਾ ਜਾਂਦਾ ਹੈ ਤਾਂ 27/9 ਨੂੰ ADC ਸਾਹਿਬ ਅੰਮ੍ਰਿਤਸਰ ਨੇ ਇੱਕ ਆਰਡਰ ਕੱਢ ਦਿੱਤਾ ਕਿ ਬੈਂਕ ਦੇ ਕੋਲ ਹੁਣ ਇਸ ਦਾ ਕਬਜ਼ਾ ਚਲਾ ਜਾਏਗਾ ਉਹਨਾਂ ਨੇ ਪੁਲਿਸ ਨੂੰ ਅਤੇ ਨਾਇਬ ਤਹਿਸੀਲਦਾਰ ਦੀ ਡਿਊਟੀ ਲਗਾ ਦਿੱਤੀ ਨਾਇਬ ਤਹਿਸੀਲਦਾਰ ਅੰਮ੍ਰਿਤਸਰ 2 ਅਤੇ ਪੁਲਿਸ ਨੂੰ ਕਿ ਇਹ ਕਬਜ਼ਾ ਤੁਸੀਂ ਇਸ ਕੋਠੀ ਦਾ ਬੈਂਕ ਨੂੰ ਕਰਾਓ ਹੁਣ ਉਹ ਬੈਂਕ ਕੌਣ ਹੈ ਦੇਖੋ ਬੈਂਕ ਹੈ ਕੋਟਕ ਮਹਿੰਦਰਾ ਅਸੀਂ ਚਲੋ ਫਾਈਟ ਕੀਤਾ ਜੀ ਕਿ ਇਹ ਹੋ ਕਿਸ ਤਰ੍ਹਾਂ ਸਕਦਾ ਹੈ ਇੰਪਰੂਵਮੈਂਟ ਟਰੱਸਟ ਦੇ ਵਿੱਚ ਅਸੀਂ ਅਪਰੋਚ ਕੀਤਾ ਹੋਰ ਕਈ ਦਫ਼ਤਰਾਂ ਦੇ ਵਿੱਚ ਅਸੀਂ ਅਪਰੋਚ ਕੀਤਾ ਜਦੋਂ ਸਾਰਾ ਡਾਕੂਮੈਂਟਸ ਇਹਨਾਂ ਦੇ ਕੋਲ ਹੈ ਤਾਂ ਲੋਨ ਕਿਸ ਤਰ੍ਹਾਂ ਹੋ ਸਕਦਾ ਹੈ ਠੀਕ ਹੈ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਕੋਈ ਲੋਨ ਇੱਕ ਸੀਗਾ ਲੇਕਿਨ ਉਹ ਇਹਨਾਂ ਤੋਂ ਹਾਈਡ ਕੀਤਾ ਗਿਆ ਸੀ ਲੇਕਿਨ ਲੋਨ ਤਾਂ ਵੀ ਸਟੇਜ ਸੀਗਾ ਔਰ ਉਹ ਜਿਹੜਾ ਲੋਨ ਸੀ ਉਹ ਸਿਟੀ ਫਾਈਨੈਂਸ ਕੰਪਨੀ ਦਾ ਸੀ ਉਹ ਕੰਪਨੀ ਡਿਫੰਕਟ ਹੋ ਗਈ ਸੀਗੀ ਅਤੇ ਕੋਟਕ ਮਹਿੰਦਰਾ ਨੇ ਉਸ ਲੋਨ ਨੂੰ ਟੇਕ ਓਵਰ ਕਰ ਲਿਆ ਸੀ ਉਹ ਬਹੁਤ ਪਹਿਲਾਂ ਦੀ ਗੱਲ ਹੈ ਉਹਦੇ ਉੱਤੇ ਵੀ ਸਟੇ ਹੋ ਗਿਆ ਸੀ ਸਭ ਕੁਛ ਹੋ ਗਿਆ ਅਸੀਂ ਜਦੋਂ ਕਾਗਜ਼ ਕਢਵਾਏ ਜੀ ਤਾਂ ਇਹ ADC ਦੀ ਅਦਾਲਤ ਦੇ ਵਿੱਚ ਇਹ ਕਾਗਜ਼ ਦਿੱਤਾ ਗਿਆ ਸੀ ਇਹਦੇ ਵਿੱਚ ਰਜਿੰਦਰ ਦਹੀਆ ਨਾਂ ਦਾ ਇੱਕ ਵਿਅਕਤੀ ਹੈ ਜੋ ਉਸ ਬੈਂਕ ਦਾ ਆਥੋਰਾਈਜ਼ਡ ਆਫਿਸਰ ਆਪਣੇ ਆਪ ਨੂੰ ਕਹਿ ਕੇ ਇਹ ਐਪਲੀਕੇਸ਼ਨ ADC ਦੀ ਅਦਾਲਤ ਦੇ ਵਿੱਚ ਉਹਨੇ ਪਾਈ ਕਿ ਇਸ ਕੋਠੀ ਦੇ ਉੱਤੇ ਜੋ ਲੋਨ ਹੈ ਕੋਠੀ ਦਾ ਜਿਹੜਾ ਓਨਰ ਹੈ ਉਹ ਡਿਫਾਲਟਰ ਹੋ ਗਿਆ ਹੈ ਕੋਠੀ ਦਾ ਕਬਜ਼ਾ ਕੋਟਕ ਮਹਿੰਦਰਾ ਨੂੰ ਦਿੱਤਾ ਜਾਵੇ 13 ਤਰੀਕ ਨੂੰ ਉਹਨਾਂ ਨੇ ਐਪਲੀਕੇਸ਼ਨ ਪਾਈ ਹੈ ਅਤੇ 27 ਤਰੀਕ ਨੂੰ 9ਵੇਂ ਮਹੀਨੇ ਦੇ ਵਿੱਚ ਆਰਡਰ ਵੀ ਹੋ ਗਿਆ ਜੀ ਸਭ ਤੋਂ ਵੱਡੀ ਗੱਲ ਕਿ ਜਦੋਂ ਤੁਸੀਂ ਆਰਡਰ ਕਰ ਰਹੇ ਹੋ ਕੋਠੀ ਅੰਮ੍ਰਿਤਸਰ ਦੀ ਹੈ ਅਦਾਲਤ ਅੰਮ੍ਰਿਤਸਰ ਦੀ ਹੈ ਇੱਕ ਵਾਰੀ ਨੋਟਿਸ ਤਾਂ ਅਗਲੇ ਨੂੰ ਦੇਣਾ ਚਾਹੀਦਾ ਹੈ ਕਿ ਹਾਂ ਜੀ ਤੁਹਾਡੇ ਖਿਲਾਫ਼ ਮਤਲਬ ਇਹ ਸਾਰਾ ਕੁਛ ਹੈ ਔਰ ਜੋ ਇੰਪਰੂਵਮੈਂਟ ਟਰੱਸਟ ਦਾ ਰਿਕਾਰਡ ਹੈ ਉਹ ਵੀ ਇਹਨਾਂ ਦੇ ਕੋਲ ਹੈ ਸਾਰਾ ਕੁਛ ਇਹਨਾਂ ਦੇ ਕੋਲ ਹੈ A to Z ਹੈ ਫਿਰ ਅਸੀਂ ਫਾਈਟ ਕੀਤਾ ਜੀ ਅਸੀਂ ਕਿਹਾ ਕਿ ਰਜਿੰਦਰ ਦਹੀਆ ਜੀ ਤੁਸੀਂ ਆਓ ਤੁਹਾਨੂੰ ਅਸੀਂ ਕੋਠੀ ਦਾ ਕਬਜ਼ਾ ਹੀ ਦੇ ਦੇਣੇ ਹਾਂ ਜੀ ਹੁਣ ਦੇਖੋ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਫਰੋਡ ਸਾਰਾ ਸਾਹਮਣੇ ਆ ਗਿਆ ਤਾਂ ਹੁਣ ਕੋਈ ਰਜਿੰਦਰ ਦਹੀਆ ਆ ਕੇ ਰਾਜੀ ਨਹੀਂ ਹੈ ਅਸੀਂ ਅੱਜ ਵੀ ਚੈਲੰਜ ਕਰਦੇ ਹਾਂ ਕਿ ਰਜਿੰਦਰ ਦਹੀਆ ਨਾਂ ਦਾ ਕੋਈ ਵਿਅਕਤੀ ਹੋਵੇ ਤਾਂ ਆਵੇ ਕੋਠੀ ਦਾ ਕਬਜ਼ਾ ਲੈ ਕੇ ਜਾਵੇ ਜੀ ਤੁਸੀਂ ਸੋਚ ਸਕਦੇ ਹੋ ਕਿ ਲੈਂਡ ਮਾਫੀਆ ਕਿੰਨਾ ਜ਼ਿਆਦਾ ਸਰਗਰਮ ਹੈ ਜੀ ਲੇਕਿਨ ਉਹਨਾਂ ਨੂੰ ਪਤਾ ਨਹੀਂ ਹੈ ਕਿ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਹੈ ਠੀਕ ਹੈ ਸਿਸਟਮ ਦੇ ਵਿੱਚ ਹੁਣ ਕਾਫੀ ਟ੍ਰਾਂਸਪੇਰੈਂਸੀ ਆਈ ਹੈ ਠੀਕ ਹੈ ਤਾਂ ਹੁਣ ਦੇਖੋ ਅਸੀਂ ਰਾਜਿੰਦਰ ਦਹੀਆ ਨੂੰ ਆਪ ਲੱਭ ਰਹੇ ਹਾਂ ਜੀ ਕਿ ਤੁਸੀਂ ਆਓ ਹਿੰਮਤ ਹੈ ਤਾਂ ਤੁਸੀਂ ਕੋਠੀ ਦਾ ਕਬਜ਼ਾ ਲੈ ਕੇ ਜਾਓ ਇਹ ਰਾਜਿੰਦਰ ਦਹੀਆ ਨਾਂ ਦਾ ਆਦਮੀ ਫਰੋਡ ਇਹਦਾ ਕੋਈ ਲਿੰਕ ਨਹੀਂ ਕਿਸੇ ਬੈਂਕ ਦੇ ਨਾਲ ਸੈਕਿੰਡ ਤੁਸੀਂ ਦੇਖੋ ਇਹ ਜਿਹੜਾ ਨੋਟਰੀ ਪਬਲਿਕ ਜਿਹੜਾ ਸਟੈਂਪ ਹੈ ਜਿਹਨੇ ਇਸ ਐਫੀਡੇਵਿਟ ਨੂੰ ਅਟੈਸਟ ਕੀਤਾ ਹੈ ਇਹ OP ਚੌਧਰੀ ਦਿੱਲੀ ਅਸੀਂ ਬਹੁਤ ਤਰੀਕੇ ਦੇ ਨਾਲ OP ਚੌਧਰੀ ਨੂੰ ਲੱਭਿਆ OP ਚੌਧਰੀ ਨੂੰ ਜਦੋਂ ਇਹਦਾ ਫੋਟੋ ਖਿੱਚ ਕੇ ਭੇਜਿਆ ਗਿਆ ਵਟਸਐਪ 'ਤੇ ਉਹਨਾਂ ਨੇ ਕਿਹਾ ਕਿ ਇਹ ਮੇਰਾ ਨਹੀਂ ਹੈ ਜੀ ਉਹਨਾਂ ਨੇ ਆਪਣਾ ਸਿਗਨੇਚਰ ਵੀ ਜੋ ਆਥੋਰਾਈਜ਼ ਸਿਗਨੇਚਰ ਉਹਨਾਂ ਦਾ ਸੀਗਾ ਉਹ ਕਰਕੇ ਕਾਪੀ ਕਰਕੇ ਉਹਨਾਂ ਨੇ ਸੈਂਡ ਕੀਤਾ ਕਿ ਇਹ ਮੇਰਾ ਹੈ ਇਹ ਮੇਰਾ ਨਹੀਂ ਹੈ ਕਿਸੇ ਨੇ ਜਾਲੀ ਕੀਤਾ ਹੋਇਆ ਔਰ ਇਹਦੇ ਤੇ 1468 ਨੰਬਰ ਵੀ ਲੱਗਾ ਹਾਂ ਨੰਬਰ ਸੇਮ ਸੀਗਾ ਲੇਕਿਨ ਇਹ ਅਸੀਂ ਫਿਰ ਪਤਾ ਕਰਾਇਆ ਇਹ ਹੁਣ ਪੁਲਿਸ ਕਰੂਗੀ ਅਸੀਂ DC ਸਾਹਿਬ ਨੂੰ ਸਾਰਾ ਕੁਛ ਦੇ ਰਹੇ ਹਾਂ ਜੀ ਇਹ ਸਾਰਾ ਸਿਸਟਮ DC ਸਾਹਿਬ ਦੇ ਹਵਾਲੇ ਕਰ ਰਹੇ ਹਾਂ ਕਿ ਜਿਸ ਜੇਕਰ ਸਿਸਟਮ ਦੇ ਵਿੱਚ ਖਰਾਬੀ ਹੈ ਤਾਂ ਤੁਸੀਂ ਆਪਣੇ ਪੱਧਰ 'ਤੇ ਕਰੋ ਠੀਕ ਹੈ ਕਿ ਨਹੀਂ ਇਹ ਦਰਖਾਸਤ ਇਹਨਾਂ ਵੱਲੋਂ ਕੱਲ ਦੇ ਦਿੱਤੀ ਜਾਵੇਗੀ ਵੈਸੇ DC ਸਾਹਿਬ ਨੂੰ ਸਾਰਾ ਕੁਛ ਦਿਖਾਇਆ ਜਾ ਚੁੱਕਿਆ ਹਰ ਤਰ੍ਹਾਂ ਦੀ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਬਸਕ੍ਰਾਈਬ ਕਰੋ ਚੈਨਲ ਕਾਂਸ਼ੀ TV ਹਰ ਅਪਡੇਟ ਦਾ ਸੰਕੇਤ ਮਿਲਦਾ ਰਹੇ ਦਬਾਓ ਬੈਲ ਆਈਕਨ ਅਤੇ ਲਾਈਕ ਕਰੋ ਫੇਸਬੁੱਕ ਪੇਜ ਕਾਂਸ਼ੀ TV